ਬੀਤੀ ਦੇਰ ਰਾਤ ਚੋਰਾਂ ਵੱਲੋਂ ਜਲੰਧਰ ਦੇ ਮਾਡਲ ਹਾਊਸ ਚੌਂਕ 'ਚ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਿਰ ਦੀ ਗੋਲਕ ਤੋੜ ਕੇ ਹਜ਼ਾਰਾਂ ਦੀ ਨਕਦੀ ਨੂੰ ਚੋਰੀ ਕਰ ਲਿਆ ਗਿਆ। ਸਾਰੀ ਘਟਨਾ ਮੰਦਿਰ 'ਚ ਲੱਗੇ CCTV ਕੈਮਰੇ 'ਚ ਵੀ ਕੈਦ ਹੋ ਗਈ। ਮੰਦਿਰ ਦੇ ਪੁਜਾਰੀ ਨੂੰ ਸਾਰੀ ਵਾਰਦਾਤ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਪੁਜਾਰੀ ਨੇ ਸਵੇਰੇ ਮੰਦਿਰ ਆ ਕੇ ਦੇਖਿਆ ਤਾਂ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੇਰਾ ਨਾਮ ਹੈ ਜੀ ਪੰਡਿਤ ਬੈਲਾਜ ਸ਼ਰਮਾ। ਅੱਜ ਕਿਆ ਪਤਾ ਜੀ ਕਿਆ ਹੋਇਆ ਸੁਬਾਹ ਕੈਸੇ ਪਤਾ ਲੱਗਾ? ਆਜ ਐਸਾ ਹੁਆ ਥਾ ਕਿ ਥੋੜ੍ਹੀ ਟਾਈਮ ਸੇ ਹਮਾਰੀ ਸਿਹਤ ਖਰਾਬ ਹੋਣੇ ਕੇ ਕਾਰਨ ਤੋ ਹਮਾਰੀ ਹਰਵਾਲੀ ਆ ਕਰਕੇ ਅੰਦਰ ਖੋ ਖੁਲਤੀ ਹੈ, ਸੁਬਹ ਵੀ ਸ਼ਾਮ ਖੋਲੀ। ਔਰ ਰੋਜ਼ਾਨਾ ਕੀ ਭਾਂਤੀ ਜਿਸ ਪ੍ਰਕਾਰ ਵੋ ਆਜ ਸੁਬਹ ਯਹਾਂ ਖੋਲਨੇ ਕੇ ਲੀ ਆਈ ਥੀ ਤੋ ਆ ਕਰਕੇ ਦੇਖਾ ਕਿ ਆਲੇ ਉਖੜੇ ਹੁਏ ਟੂਟੇ ਹੁਏ ਹੈ, ਫਿਰ ਅੰਦਰ ਆ ਕਰ ਪ੍ਰਵੇਸ਼ ਕੀਆ ਤੋ ਗੁਲਕ ਵੀ ਟੂਟੀ ਹੋਈ ਹੈ। ਫਿਰ ਉਸਕੇ ਬਾਅਦ ਹਮਾਰੇ ਪ੍ਰਧਾਨ ਜੀ ਕੇ ਹੈਗਾ ਜੋ ਇੱਕ ਫੋਰਮੈਨ ਸਾਹਿਬ ਹੈਗੇ, ਜੇ ਆਪਾਂ ਉਹਨਾਂ ਨੂੰ ਬੁਲਾਇਆ ਔਰ ਆ ਕਰਕੇ ਉਹਨਾਂ ਨੇ ਫਿਰ ਜੋ ਵੀ ਆਦਿ ਦੀ ਕਾਰਵਾਈ ਹੈ ਉਹ ਹੈਗਾ ਜੋ ਹੋਈ ਹੈ। ਸਰ ਕਿਤਨਾ ਗੁਲਕਮ ਕਿਤਨਾ ਹੋ ਗਿਆ ਪੈਸਾ? ਕੋਈ 70,000 ਆਦਾ। ਕਿਤਨੇ ਚਿਰ ਜੋ ਖੋਲਣ ਨਹੀਂ ਹੋਇਆ? ਹੈਗਾ 3 ਮਹੀਨੇ ਕਾ ਥਾ ਜੀ। ਅੱਛਾ, ਕਿਤਨੇ ਮਹੀਨੇ ਕਾ? 3 ਮਹੀਨੇ ਕਾ ਥਾ। 3 ਮਹੀਨੇ 3 ਮਹੀਨੇ ਕਾ ਪੁਲਿਸ ਆਈ ਥੀ? ਆਈ ਥੀ ਹੈਗਾ, ਉਹਨੇ ਆਪਣੇ ਕਾਰਵਾਈ ਜੋ ਵੀ ਹੋਈ ਹੈ ਉਹ ਹੈਗਾ ਲਿਖ ਕਰਕੇ ਲੈ ਗਏ। ਹਾਂਜੀ ਸਰ, ਮੈਨੂੰ ਨਾਲ ਹੀ ਉਹਨੇ ਕਿਹਾ ਬਾਹਰ ਖੜੇ ਨੂੰ ਹੀ ਕਿ ਭਾਅ ਜੀ ਦੇਖੋ ਮੈਂ ਵੀ ਮੱਥਾ ਟੇਕ ਰਿਹਾ ਸੀ ਕਿ ਤਾਲਾ ਹੈ ਨਹੀਂ। ਮੈਂ ਕਿਹਾ ਰੁਕੋ, ਲੱਗਦਾ ਚੋਰੀ ਹੋ ਗਈ। ਮੈਂ ਇਮੀਡੀਏਟਲੀ ਥਾਣੇ ਫੋਨ ਕੀਤਾ ਅਤੇ ਥਾਣੇ ਦੇ ਵਿੱਚੋਂ ASI ਸਾਹਿਬ ਨਾਰਾਇਣ ਗੌੜ ਜੀ ਇਮੀਡੀਏਟਲੀ 5 ਮਿੰਟ ਦੇ ਵਿੱਚ ਉੱਥੇ ਪਹੁੰਚੇ ਆ। ਉਸ ਤੋਂ ਬਾਅਦ ਅਸੀਂ ਮੰਦਿਰ ਦਾ ਅੰਦਰ ਗਏ ਹਾਂ ਅਤੇ ਤਾਲੇ ਤਕਰੀਬਨ ਟੁੱਟੇ ਪਏ ਸੀ, ਗੋਲਕਾਂ ਦੇ ਵਿੱਚੋਂ ਪੈਸੇ ਨਿਕਲੇ ਪਏ ਸੀ। ਫੁਟੇਜ ਜਦੋਂ ਅਸੀਂ ਚੈੱਕ ਕੀਤੀ ਹੈ ਜਾ ਕੇ, ਜਿਹੜੀ ਉਹਦੀ CCTV ਕੈਮਰਾਜ ਲੱਗੇ ਨੇ, ਅਤੇ ਚੋਰ ਇੱਕ ਰਾਤੀ 1:03 'ਤੇ ਰਿਕਸ਼ਾ ਤੋਂ ਉਤਰ ਰਿਹਾ ਔਰ ਉਸ ਤੋਂ ਬਾਅਦ ਉਹਨੇ ਆਪਣੀ ਸਾਰੀ ਕਾਰਵਾਈ ਤੋਂ ਅੰਜਾਮ ਦਿੱਤਾ।